ਸੂਰਾ ਕੋਨਾ ਪੁੱਜਣ ਦੀ ਭਗਵੰਤ ਸਿੰਘ ਜੀ ਸੂਰਵਿੰਡ ਗਿਆਨੀ ਗੁਰਨਾਮ ਸਿੰਘ ਮਨਿਹਾਲਾ ਗਿਆਨੀ ਜਸ ਗਿਆਨੀ ਸੁਖਵੰਤ ਸਿੰਘ ਜੀ ਵਾਹੀ ਸੰਘਰਾ ਗੁਰਲਾਲ ਸਿੰਘ ਜੀ ਗੁਰਦੁਆਰਾ ਹਰਸਰ ਸਾਹਿਬ ਮੁਗਲ ਚੱਕ ਤੋਂ ਰੂੜੇ ਆਸਣ ਤੋਂ ਸੰਗਤ ਜੀ ਹੈ। ਅਸੀਂ ਸਮੇਂ ਸਮੇਂ ਤੇ ਵੱਖ ਵੱਖ ਕੇਂਦਰਾਂ ਤੋਂ ਕਥਾ ਕਰ ਸਾਹਿਬ ਗਿਆਨੀ ਮਾਨ ਸਿੰਘ ਜੀ ਸੱਚ ਖੰਡ ਬੋਲਣ ਤੋਂ ਪਹਿਲਾਂ ਸਾਰੀ ਸੰਗਤ ਜਕਾਰਾ ਗਜਾਵੇ ਜੀ ਬੋਲੇ ਹਰ ਮਾਰਗ ਆਪ ਚੱਲ ਪਾਏ ਗੁਰਜਾ ਜਨਰਲ ਸੁਦੇਵ ਸਿੰਘ ਜੀ ਸਤਿਕਾਰਯੋਗ ਬਾਬਾ ਤਾਰਾ ਸਿੰਘ ਜੀ ਹਰ ਸਾਲ ਦੀ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਵੱਖ ਵੱਖ ਥਾਵਾਂ 'ਤੇ ਜਿੱਥੇ ਵੀ ਗੁਰੂ ਨਾਨਕ ਨਾਮ ਦੇ ਵਾਰਾਂ ਵਾਲੇ ਜਿਸ ਦਿਨ ਜਹਾਂਗੀਰ ਹੰਦੀ ਨੇ ਇੱਕ ਚਿੱਠੀ ਲਿਖੀ ਸੀ ਤੁਸੀਂ ਸੱਪ ਦਾ ਸਿਰ ਕੁਚਲ ਦਿੱਤਾ ਅਤੇ ਵੀ ਜਦੋਂ ਸਮੁੱਚੇ ਦੇਸ਼ ਵਾਸੀਆਂ ਨੇ ਬਹੁਤ ਵੱਡੀ ਜ਼ੁਲਮ ਦੇ ਵਿਰੁੱਧ 1857 ਦਾ ਵਿਦਰੋਹ ਭਾਵ ਅਕਲ ਦੀ ਚਿੰਤਾ ਨਹੀਂ ਅਸੀਂ ਤਾਂ ਜਦੋਂ ਵੀ ਸਿੱਖ ਸਮਝੌਤਾ ਨਹੀਂ ਕਰਿਆ ਕਰਦੇ ਅਸਲ ਵਿੱਚ ਕਥਾ ਕਰਦਿਆਂ ਕਰਦਿਆਂ ਸਿੱਖੀ ਸਿਧਾਂਤਾਂ ਨੂੰ ਦ੍ਰਿੜ ਕਰਾਉਂਦਿਆਂ ਕਰਾਉਂਦਿਆਂ ਸ਼ਹਾਦਤ ਪ੍ਰਾਪਤ ਕੀਤੀ ਅੱਜ ਉਹਨਾਂ ਦੇ ਜਨਮ ਅਸਥਾਨ 'ਤੇ ਉਹਨਾਂ ਭਰਾਤਾ ਜੀ ਹਨ ਹਰ ਸਾਲ ਆਪਣਾ ਫਰਜ਼ ਸਮਝਦਿਆਂ ਕਿਉਂਕਿ ਪਰਵਾਨੇ ਜ਼ਿੰਦਗੀ ਦਾ ਇਤਬਾਰ ਨਹੀਂ ਕਰਦੇ ਸ਼ਮਾਂ ਅਤੇ ਸੜ ਮਰਨ ਨੂੰ ਨਹੀਂ ਡਰਦੇ ਪਰ ਕੀ ਕਹੀਏ ਉਹਨਾਂ ਲੋਕਾਂ ਨੂੰ ਜੋ ਸ਼ਹੀਦਾਂ ਦਾ ਸਤਿਕਾਰ ਨਹੀਂ ਕਰਦੇ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਹਯਾਤ ਤੋਂ ਹਯਾਤ ਹੈ ਉਹ ਮੌਤ ਵੀ ਹਯਾਤ ਹੈ ਹਯਾਤ ਨਾਮ ਜ਼ਿੰਦਗੀ ਦਾ ਹੈ ਜ਼ਿੰਦਗੀ ਤਾਂ ਜ਼ਿੰਦਗੀ ਹੁੰਦੀ ਹੈ ਪਰ ਅਸਲ ਵਿੱਚ ਸ਼ਹੀਦਾਂ ਦੀ ਮੌਤ ਵੀ ਕੌਮਾਂ ਵਾਸਤੇ ਜ਼ਿੰਦਗੀ ਹੋਇਆ ਕਰਦੀ ਹੈ ਅੱਜ ਵੀ ਅਸੀਂ ਛੋਟੇ ਛੋਟੇ ਬੱਚਿਆਂ ਦੇ ਤਨ 'ਤੇ ਸਤਿਕਾਰਯੋਗ ਸੰਤ ਗਿਆਨੀ ਜਰਨੈਲ ਸਿੰਘ ਹੋਣਾ ਦੀ ਫੋਟੋ ਵਾਲੀ ਟੀ ਸ਼ਰਟ ਪਾਈ ਜਦੋਂ ਵੇਖਦੇ ਹਾਂ ਤਾਂ ਸੱਚਮੁੱਚ ਆਪਣੇ ਉਸ ਮਹਾਨ ਜਰਨੈਲ ਨੂੰ ਕਿਵੇਂ ਜਿਹੜੇ ਸਿੱਖੀ ਸਿਧਾਂਤਾਂ ਨੂੰ ਸਮਝਣ ਵਾਲੇ ਹਨ ਉਹਨਾਂ ਨੇ ਕਿਵੇਂ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਇਸੇ ਹੀ ਪਿਆਰ ਦੇ ਵਿੱਚ ਆਪ ਜੀ ਸੱਚੀ ਸੁੱਚੀ ਆਪਣਾ ਅਕੀਦਾ ਸਰਬਾਣੇ ਨਾਲ ਪਿਆਰ ਕਰਨ ਵਾਲੇ ਬੇਟੀ ਭਾਈ ਸਾਹਿਬ ਭਾਈ ਅਮਰੀਤ ਸਿੰਘ ਜੀ ਸਤਿਕਾਰ ਕਰ ਰਹੇ ਆਓ ਜਕਾਰਾ ਵਜਾਈਏ ਜੀ ਸਾਰੇ ਸਿੰਘ ਹੋ ਜਾਓ ਭਾਈ ਜਰਨੈਲ ਸਿੰਘ ਜੀ ਨਾਲ ਆ ਜਾਓ ਇਹ ਸਰ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਪੰਥ ਦੇ ਮਹਾਨ ਢਾਡੀ ਮਹਾਨ ਮਹਾਂਪੁਰਖ ਸਿੰਘ ਸਾਹਿਬ ਜੀ ਸਰਵਣ ਕਰੀਏ ਪੰਥ ਦੇ ਮਹਾਨ ਵਿਦਵਾਨ ਪੂਜਾ ਪੂਜਾ ਕਟਮਰ ਆਦਰ ਸਹਿਤ ਬੇਨਤੀ ਕਰਾਂ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਭਾਈ ਸੋ ਨਿਹਾਲ ਤਾਂ ਜਿਨ੍ਹਾਂ ਨੇ ਸਨਮਾਨ ਹੋ ਰਿਹਾ ਹੈ ਬੋਲੇ ਸੋ ਫਤਿਹ ਸਿੱਖ ਕੌਮ ਨੇ ਬੜੀਆਂ ਜ਼ਾਲਮਾਂ ਦੇ ਨਾਲ ਬੜਾ ਲੋਹਾ ਲਿਆ ਸਿੱਖ ਕੌਮ ਨੇ ਬੜੇ ਸੰਘਰਸ਼ ਕੀਤੇ ਨੇ ਬੜੇ ਯੁੱਧ ਬ੍ਰਹਮ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਸਟੇਜ ਤੇ ਭਵਿੱਖ ਰੋਸ਼ਨ
ਕੌਮਾਂ ਵਾਸਤੇ ਕਲੀ ਤੇ ਸੀਸ ਧਰਨਾ ਹੈ ਤੇ ਬਣਦਾ ਫਰਜ ਹੈ ਪੰਥ ਦੇ ਬਾਨੀਆਂ ਦਾ ਜ਼ਲਮ ਜ਼ੁਲਮ ਕੰਮ ਹੋਣਗੇ ਜਦੋਂ ਤਿਕਰ ਇੱਕ ਸਾ ਚੱਲਦਾ ਰਹੂ ਕੁਰਬਾਨੀਆਂ ਦਾ ਕੱਤੀ ਤਵੀ ਮੁਸਤਾਨ ਆਏ ਦਿੱਤਾ ਸਮੇਂ ਨੇ ਸੂਣੀ ਤੇ ਡੰਗ ਤੈਨੂੰ ਹੋ ਜਾ ਜੋ ਸਰੇ ਤੂੰ ਪੱਠੀਆਂ ਵਿੱਚ ਕਾਬੈ ਤੇ ਤੋ ਤੋ ਚੜੇ ਪਰਵਾਨਿਆ ਰੰਗ ਤੈਨੂੰ ਉਹਨਾਂ ਨੂੰ ਇੱਥੇ ਆਪਾਂ ਸਨਮਾਨਿਤ ਕਰ ਰਹੇ ਹਾਂ ਬੋਲੇ ਸੋ ਰਿਹਾ ਸਤਿ ਸ੍ਰੀ ਅਕਾਲ ਸ਼੍ਰੋਮਣੀ ਕਮੇਟੀ ਵੱਲੋਂ ਉਹ ਵੀ ਬਹੁਤ ਵੱਡੇ ਲੈਵਲ ਤੇ ਸਨਮਾਨਿਤ ਵੀ ਕੀਤਾ ਜਾਵੇ ਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੀ ਟੀਮ ਆ ਸਾਡੀ ਬਹੁਤ ਵੱਡੀ ਉਹਦੇ ਵਾਸਤੇ ਚੁਣਿਆ ਵੀ ਜਾਵੇ ਭਰਤੀ ਵੀ ਕੀਤਾ ਜਾਵੇ ਉਹ ਵੀ ਉਹਨਾਂ ਨੂੰ ਮੈਂ ਬੇਨਤੀ ਕਰਨੀ ਹੈ ਅੱਜ ਉਹ ਆ ਨਹੀਂ ਸਕੇ ਹੁਣ ਮੈਂ ਮਿਲ ਕੇ ਉਹਨਾਂ ਨੂੰ ਬੇਨਤੀ ਕਰੂੰਗਾ ਬੋਲੇ ਸੋ ਰਿਹਾ ਸਤਿ ਸ੍ਰੀ ਅਕਾਲ ਨਹੀਂ ਕੋਈ ਗੱਲ ਤੱਕ ਤੜੀ 6 ਜੂਨ 1984 ਦੇ ਮਹਾਨ ਸ਼ਹੀਦ ਮਰਦੇ ਮੁਜਾਹਿਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਤੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਬਾਬਾ ਥਾਰਾ ਸਿੰਘ ਜੀ ਜਨਰਲ ਸ਼ਵੇਕ ਸਿੰਘ ਜੀ ਅਤੇ ਬਾਕੀ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਅਤੇ ਭਚੰਗੀਆਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਗੁਰਦੁਆਰਾ ਖਾਲਸਾ ਦਰਬਾਰ ਪਿੰਡ ਭੂੰਡਾ ਕੋਨਾ ਵਿਖੇ ਵਿਸ਼ਾਲ ਪੱਧਰ 'ਤੇ ਅੱਜ ਕਰਵਾਇਆ ਗਿਆ ਔਰ ਇਹ ਉਹ ਦਿਨ ਆ ਜਦੋਂ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਟੈਂਕਾਂ ਅਤੇ ਤੋਪਾਂ ਨਾਲ ਹਮਲਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਛਾਤੀ 'ਚ ਵੀ ਗੋਲੀਆਂ ਮਾਰੀਆਂ ਅਨੇਕਾਂ ਸਿੱਖ ਜਿਹੜੇ ਸੀ ਸੂਰਬੀਰ ਉਹ ਸ਼ਹੀਦ ਕਰ ਦਿੱਤੇ ਔਰ ਉਸ ਟਾਈਮ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਆਨ ਅਤੇ ਸ਼ਾਨ ਨੂੰ ਕਾਇਮ ਰੱਖਣ ਵਾਸਤੇ ਸੰਤ ਬਾਬਾ ਜਰਨੈਲ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਬਾਬਾ ਥਾਰਾ ਸਿੰਘ ਜੀ ਔਰ ਜਨਰਲ ਸ਼ਵੇਕ ਸਿੰਘ ਅਤੇ ਹੋਰ ਸਿੰਘਾਂ ਨੇ ਸੂਰਾ ਸੋ ਪਹਿਚਾਨੀਆਂ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਜਵਾਬ ਕੀ ਔਹਦ ਨਿਧਾਨ ਬਣੇ ਅਤਿ ਹੀਰਨ ਮੈਂ ਤਵਜੂਜ ਮਰੋਂ ਦੇ ਸਿਧਾਂਤ 'ਤੇ ਚੱਲ ਕੇ ਸ਼ਹੀਦੀਆਂ ਦਾ ਜਾਮ ਪੀਤਾ ਔਰ ਹਿੰਦੁਸਤਾਨ ਦੀ ਜਿਹੜੀ ਮਿਲਟਰੀ ਆਈ ਸੀ ਟੈਂਕਾਂ ਅਤੇ ਤੋਪਾਂ ਨਾਲ ਹਮਲਾ ਕਰਨ ਵਾਸਤੇ ਉਹਦੇ ਦੰਦ ਖੱਟੇ ਕੀਤੇ ਔਰ ਉਹਦਾ ਮੂੰਹ ਜਿਹੜਾ ਸੀ ਪਿਛਾਂ ਦਿੱਲੀ ਵੱਲ ਨੂੰ ਮੋੜਿਆ ਉਹਨਾਂ ਮਹਾਨ ਸ਼ਹੀਦਾਂ ਦਾ ਇਹ ਜਿਹੜਾ ਸ਼ਹੀਦੀ ਦਿਹਾੜਾ ਹੈ ਇਹ ਗੁਰਦੁਆਰਾ ਖਾਲਸਾ ਦਰਬਾਰ ਪਿੰਡ ਭੂੰਡਾ ਕੋਨਾ ਵਿਖੇ ਬੜੀ ਵਿਸ਼ਾਲ ਪੱਧਰ 'ਤੇ ਮਨਾਇਆ ਗਿਆ ਹੈ ਔਰ ਮੈਂ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਔਰ ਅੱਜ ਇੱਥੇ ਨਹੀਂ ਸਾਰੇ ਇਕੱਲੇ ਪੰਜਾਬ 'ਚ ਵੀ ਨਹੀਂ ਹਿੰਦੁਸਤਾਨ 'ਚ ਨਹੀਂ ਸਾਰੀ ਦੁਨੀਆ ਵਿੱਚ ਅੱਜ ਸ਼ਹੀਦਾਂ ਦਾ ਸ਼ਹੀਦੀ ਦਿਨ ਜਿਹੜਾ ਹੈ ਉਹ ਬਹੁਤ ਵੱਡੇ ਪੱਧਰ 'ਤੇ ਮਨਾਇਆ ਗਿਆ ਔਰ ਉਹਨਾਂ ਨੂੰ ਸ਼ਰਧਾ ਅਤੇ ਸਤਿਕਾਰ ਜਿਹੜਾ ਭੇਟ ਕੀਤਾ ਗਿਆ ਔਰ ਬਹੁਤ ਵੱਡਾ ਉਤਸ਼ਾਹ ਸੰਗਤਾਂ ਵਿੱਚ ਵੇਖਣ ਨੂੰ ਮਿਲਿਆ ਔਰ ਉਹਨਾਂ ਨੂੰ ਯਾਦ ਕੀਤਾ ਗਿਆ ਔਰ ਉਹੀ ਕੌਮਾਂ ਦੁਨੀਆ ਦੇ ਨਕਸ਼ੇ 'ਤੇ ਕਾਇਮ ਰਹਿੰਦੀਆਂ ਨੇ ਜਿਹੜੀਆਂ ਸ਼ਹੀਦਾਂ ਦਾ ਸਨਮਾਨ ਕਰਦੀਆਂ ਨੇ ਔਰ ਸ਼ਹੀਦਾਂ ਨੂੰ ਆਪਣਾ ਸਰਮਾਇਆ ਸਮਝਦੀਆਂ ਨੇ ਸਿੱਖ ਕੌਮ ਇਹਨਾਂ ਸ਼ਹੀਦਾਂ ਨੂੰ ਆਪਣਾ ਸਰਮਾਇਆ ਸਮਝਦੀ ਆ ਔਰ ਉਹਨਾਂ 'ਤੇ ਜਿੰਨਾ ਵੀ ਮਾਣ ਕਰੀਏ ਉਹਨਾਂ ਵਿੱਚ ਥੋੜ੍ਹਾ ਹੈ ਔਰ ਸਾਨੂੰ ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।